ਖਡੂਰ ਸਾਹਿਬ ਦੀ ਜ਼ਿਮਨੀ ਚੋਣ ਦੇ ਵਿੱਚ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਲੜ ਰਹੇ ਭਾਈ ਬਲਦੀਪ ਸਿੰਘ ਨੇ ਜ਼ਿਮਨੀ ਚੋਣ ਜਿੱਤਣ ਤੋਂ ਬਾਅਦ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਨ ਦੀ ਹਾਮੀ ਭਰੀ ਹੈ। ਇਸ ਦੇ ਨਾਲ ਹੀ ਉਹਨਾਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਸੰਘਾ ਦਰਸ਼ਨਾਂ ਨੂੰ ਵੀ ਨਿਸ਼ਾਨਾ ਬਣਾਇਆ ਹੈ। ਖਡੂਰ ਸਾਹਿਬ ਦੀ ਜ਼ਿਮਨੀ ਚੋਣ ਦੇ ਲਈ 2014 ਵਿੱਚ ਆਮ ਆਦਮੀ ਪਾਰਟੀ ਦੀ ਟਿਕਟ ਉੱਤੇ ਚੋਣ ਲੜ ਚੁੱਕੇ ਭਾਈ ਬਲਦੀਪ ਸਿੰਘ ਨੇ ਇਸ ਵਾਰ ਆਜ਼ਾਦ ਉਮੀਦਵਾਰ ਦੇ ਰੂਪ ਦੇ ਵਿੱਚ ਤਾਲ ਠੋਕ ਦਿੱਤੀ ਹੈ। ਅੰਮ੍ਰਿਤਸਰ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਦੇ ਦੌਰਾਨ ਭਾਈ ਬਲਦੀਪ ਸਿੰਘ ਨੇ ਕਿਹਾ ਹੈ ਕਿ ਉਹ ਜੇਲ੍ਹਾਂ ਦੇ ਵਿੱਚ ਬੰਦ ਸਿੱਖਾਂ ਦੇ ਮੁੱਦਿਆਂ ਨੂੰ ਉਠਾਉਣਗੇ। ਇਸ ਤੋਂ ਇਲਾਵਾ ਪੰਜਾਬ ਦੇ ਵਿੱਚ ਵੱਧ ਰਹੀ ਨਸ਼ੇ ਦੀ ਲੱਤ ਅਤੇ ਇਸ ਨੂੰ ਰੋਕਣ ਦੇ ਲਈ ਉਹ ਕੰਮ ਕਰਨਗੇ। ਉਹਨਾਂ ਨੇ ਇਹ ਸਪਸ਼ਟ ਕੀਤਾ ਹੈ ਕਿ ਉਹ ਇਹਨਾਂ ਮੁੱਦਿਆਂ ਨੂੰ ਆਧਾਰ ਬਣਾ ਕੇ ਚੋਣਾਂ ਲੜਨਗੇ, ਜਿਵੇਂ ਕਿ ਉਹਨਾਂ ਨੇ 2014 ਦੇ ਲੋਕ ਸਭਾ ਚੋਣਾਂ ਦੇ ਵਿੱਚ ਕੀਤਾ ਸੀ। ਗੈਰ ਕਾਨੂੰਨੀ ਅੰਦਾਜ਼ ਨਾਲ ਜਿਹੜੇ ਲੋਕਾਂ ਨੂੰ ਜੇਲ੍ਹ ਵਿੱਚ ਰੱਖਿਆ ਹੋਇਆ, ਹਾਊਸ ਅਰੈਸਟ ਰੱਖਿਆ, ਉਹਦੇ ਖਿਲਾਫ ਜਿਹੜੀ ਦੁਰਵਿਵਸਥਾ ਹੈ, ਦੁਰਵਿਵਹਾਰ ਹੈ, ਜੇ ਰਮਨਜੀਤ ਸਿੱਕੀ ਹੋਣਾ ਨੇ ਪ੍ਰੋਟੈਸਟ ਵਿੱਚ ਰਿਜ਼ਾਈਨ ਕੀਤਾ ਹੈ, ਮੈਂ ਪ੍ਰੋਟੈਸਟ ਵਿੱਚ ਲੜ ਰਿਹਾ ਇਲੈਕਸ਼ਨ, ਔਰ ਜਿਹੜੇ ਐਸਪੈਕਟਸ ਜਿਹੜੀਆਂ ਜਿਹੜੀ ਲੜਾਈ ਜਿਸ ਕਰਕੇ ਮੈਂ 2014 ਵਿੱਚ ਸਿਆਸਤ 'ਚ ਆਇਆ ਸੀ, ਉਹੀ ਮੇਰੀ ਲੜਾਈ ਜਾਰੀ ਹੈਗੀ ਹੈ। ਭਾਵੇਂ ਉਹ ਸਿੱਖਿਆ ਦੇ ਖੇਤਰ ਨੇ, ਭਾਵੇਂ ਉਹ ਹਸਪਤਾਲ ਸਿਹਤ ਦੇ ਖੇਤਰ ਨੇ, ਭਾਵੇਂ ਉਹ ਕਿਸਾਨੀ ਦੇ ਮਸਲੇ ਹਨਗੇ, ਉਹ ਲੜਾਈ ਤਾਂ ਜਾਰੀ ਹੈਗੀ। ਡਰੱਗਸ ਦਾ ਮਸਲਾ ਜਿਹੜਾ ਹੈਗਾ, ਇਹ ਮੈਂ ਹੁਣ ਵਿਧਾਨ ਸਭਾ ਦੇ ਵਿੱਚ ਜਾ ਕੇ ਮਸਲਿਆਂ ਨੂੰ ਉਜਾਗਰ ਕਰਾਂਗਾ, ਐਜ਼ ਏ ਵਾਚ ਡੌਗ ਐਕਟ ਕਰਾਂਗਾ, ਇਹ ਮੇਰੇ ਮੁੱਦੇ ਹਨਗੇ ਜੀ। ਪੰਜਾਬ ਸਰਕਾਰ ਦੇ ਸਾਰੇ ਮੰਤਰੀਆਂ, ਵਿਧਾਇਕਾਂ ਅਤੇ ਅਕਾਲੀ ਦਲ ਦੇ ਸਾਰੇ ਹਲਕਾ ਇੰਚਾਰਜਾਂ ਦੇ ਖਡੂਰ ਸਾਹਿਬ ਦੇ ਵਿੱਚ ਲਗਾਈਆਂ ਗਈਆਂ ਡਿਊਟੀਆਂ ਦੇ ਬਾਰੇ ਬੋਲਦਿਆਂ ਉਹਨਾਂ ਕਿਹਾ ਹੈ ਕਿ ਇਸ ਸੰਬੰਧ ਦੇ ਵਿੱਚ ਚੋਣ ਆਯੋਗ ਨੂੰ ਕੋਈ ਠੋਸ ਕਦਮ ਉਠਾਉਣਾ ਚਾਹੀਦਾ ਹੈ। ਇਹ ਬਹੁਤ ਹੀ ਅਫਸੋਸਜਨਕ ਆਸਾਰ ਬਣੇ ਹੋਏ ਨੇ ਸਿਆਸਤ ਦੇ, ਔਰ ਜਿਸ ਤਰ੍ਹਾਂ ਨਾਲ ਦੁਰਵਰਤੋਂ ਇੰਸਟਰੂਮੈਂਟਸ ਦੀ ਹੁੰਦੀ ਹੈ, ਉੱਦਨ ਮੈਨੂੰ ਪਤਾ ਲੱਗਾ ਤਰਨ ਤਾਰਨ ਜਿਹੜੀ ਰੈਲੀ ਹੋਈ ਹੈ ਉੱਦਨ ਚੋਣ ਜਾਬਤਾ ਲੱਗ ਗਿਆ, ਲਾਲ ਬੱਤੀਆਂ ਦੀਆਂ ਗੱਡੀਆਂ ਗਈਆਂ ਨੇ ਜਨਾਬ। ਇੱਥੇ ਇਲੈਕਸ਼ਨ ਕਮਿਸ਼ਨ ਕਿੱਥੇ ਸੁੱਤੀ ਹੋਈ ਹੈ? ਅੱਜ ਤਾਈਂ ਮੈਂ ਕੁਛ ਸੁਣਿਆ ਨਹੀਂ ਕਿਸੇ ਕੋਰਟ ਨੇ ਸੂਓ ਮੋਟੋ ਲਿਆ ਹੋਵੇ। ਹਨ ਸੰਗਤ ਦਰਸ਼ਨ ਦੇ ਦੌਰਾਨ ਜਾਰੀ ਕੀਤੀਆਂ ਜਾਣ ਵਾਲੀਆਂ ਗ੍ਰਾਂਟਾਂ ਦੇ ਸਵਾਲ ਉਠਾਉਂਦੇ ਹੋਏ ਭਾਈ ਬਲਦੀਪ ਸਿੰਘ ਨੇ ਕਿਹਾ ਹੈ ਕਿ ਸਰਕਾਰ ਇਹ ਦੱਸੇ ਕਿ ਜੋ ਗ੍ਰਾਂਟਾਂ ਵੰਡੀਆਂ ਜਾ ਰਹੀਆਂ ਨੇ ਉਹਨਾਂ ਦਾ ਪੈਸਾ ਕਿੱਥੋਂ ਆ ਰਿਹਾ ਹੈ ਅਤੇ ਕੀ ਇਹ ਪੈਸਾ ਉਸੇ ਕੰਮ ਵਿੱਚ ਲੱਗ ਰਿਹਾ ਹੈ ਜਿਸ ਲਈ ਜਾਰੀ ਕੀਤਾ ਗਿਆ ਹੈ। ਇੱਥੋਂ ਪਤਾ ਲੱਗਦਾ ਹੈ, ਬਿਲਕੁਲ ਰੋਕ ਲੱਗਣੀ ਚਾਹੀਦੀ ਹੈ ਪਹਿਲੀ ਗੱਲ, ਇੱਥੋਂ ਪਤਾ ਵੀ ਲੱਗਦਾ ਹੈ ਕਿ ਪੰਜਾਬ ਦੇ ਬਾਸ਼ਿੰਦਿਆਂ ਨੂੰ ਅੱਜ ਦੇ ਸਿਆਸਤਦਾਨ ਕਿੰਨਾ ਵਿਕਾਊ ਔਰ ਕਿੰਨਾ ਲਾਚਾਰ ਸਮਝਦੇ ਨੇ ਕਿ ਉਹਨਾਂ ਨੂੰ ਖਰੀਦਣ ਪਏ ਚੱਲ ਜਾਂਦੇ ਨੇ। ਇਸ ਵੇਲੇ ਹਲਕੇ ਦੇ ਸਾਰੇ ਬਾਸ਼ਿੰਦਿਆਂ ਨੂੰ, ਪੰਜਾਬ ਦੇ ਪੂਰੇ ਸੂਬੇ ਦੇ ਬਾਸ਼ਿੰਦਿਆਂ ਨੂੰ, ਵੋਟਰਾਂ ਨੂੰ ਮੈਂ ਦੱਸਣਾ ਚਾਹੁੰਦਾ, ਬੇਨਤੀ ਕਰਨਾ ਚਾਹੁੰਦਾ ਕਿ ਸਾਬਤ ਕਰ ਦੇਈਏ ਇਸ ਜ਼ਿਮਨੀ ਚੋਣ ਵਿੱਚ ਵੀ ਔਰ 2017 ਵਿੱਚ ਵੀ ਕਿ ਪੰਜਾਬੀ ਵੋਟਰ ਨਾ ਵਿਕਾਊ ਹੈ, ਨਾ ਉਹ ਲਾਲਚ ਜਾਂ ਕਿਸੇ ਭੈ ਵਿੱਚ ਆ ਕੇ ਵੋਟ ਪਾਏਗਾ। ਬਿਊਰੋ ਰਿਪੋਰਟ, ਗਲੋਬਲ ਪੰਜਾਬ ਟੀਵੀ।